ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ AJ ਮਾਲਵਾ ਐਜੂਕੇਸ਼ਨ 'ਤੇ। ਅੱਜ ਦੀ ਵੀਡੀਓ ਵਿੱਚ ਆਪਾਂ ETT 694 ਪੋਸਟਾਂ ਦੇ ਸਿਲੇਬਸ ਬਾਰੇ ਡਿਸਕਸ ਕਰਾਂਗੇ। ਪੇਪਰ ਬੀ ਇਸ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਲੋਕ ਸਾਹਿਤ ਅਤੇ ਪੰਜਾਬੀ ਸੱਭਿਆਚਾਰ ਦੇ ਟੌਪਿਕ ਲਈ ਕੀ ਪੜ੍ਹਨਾ ਹੈ ਅਤੇ ਕਿੱਥੋਂ ਪੜ੍ਹਨਾ ਹੈ। ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਵੀਡੀਓ। ਲੋਕ ਸਾਹਿਤ ਲੋਕ ਸਾਹਿਤ ਦੇ ਵਿਸ਼ੇ ਖੇਤਰ ਦੀ ਗੱਲ ਕਰੀਏ ਤਾਂ ਲੋਕ ਗੀਤ, ਘੋੜੀ, ਸੁਹਾਗ, ਕਿੱਕਲੀ, ਥਾਲ, ਲੋਰੀ, ਢੋਲੇ, ਮਾਹੀਆ, ਟੱਪੇ, ਰੁੱਤਾਂ, ਪੱਤਲ, ਛੰਦ ਪਰਾਗਾ, ਹੇਅਰਾ, ਸਿੱਠਣੀ, ਅਲਾਉਣੀ, ਕੀਰਨਾ, ਸੱਦ, ਬੋਲੀ, ਆਰਤੀ, ਭੇਟਾ, ਮੰਗਲਾਚਰਨ, ਲੋਕ ਵਾਰ ਅਤੇ ਕਵਿਸ਼ਰੀ। ਲੋਕ ਸਾਹਿਤ ਵਿੱਚ ਤੁਸੀਂ ਇਹ ਸਾਰਾ ਕੁਝ ਪੜ੍ਹਨਾ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਪੰਜਾਬੀ ਸੱਭਿਆਚਾਰ। ਸੱਭਿਆਚਾਰ ਵਿੱਚ ਤੁਸੀਂ ਪੜ੍ਹਨਾ ਹੈ ਜੀ ਗਹਿਣੇ। ਗਹਿਣੇ ਵਿੱਚ ਨੋਟ ਕਰ ਲਓ ਜੀ ਜਿਵੇਂ ਸਿਰ ਦੇ ਗਹਿਣੇ ਕਿਹੜੇ ਹਨ, ਕੰਨਾਂ ਦੇ ਗਹਿਣੇ ਕਿਹੜੇ ਹਨ, ਨੱਕ ਦੇ ਗਹਿਣੇ, ਗਰਦਨ ਦੇ ਗਹਿਣੇ, ਹੱਥਾਂ ਅਤੇ ਗੁੱਟ ਦੇ ਗਹਿਣੇ, ਹੱਥਾਂ ਦੀਆਂ ਉਂਗਲਾਂ ਦੇ ਗਹਿਣੇ, ਪੈਰਾਂ ਦੇ ਗਹਿਣੇ, ਪੈਰਾਂ ਦੀਆਂ ਉਂਗਲਾਂ ਲਈ ਕਿਹੜੇ ਗਹਿਣੇ ਪਾਏ ਜਾਂਦੇ ਹਨ, ਬੱਚਿਆਂ ਲਈ ਕਿਹੜੇ ਗਹਿਣੇ ਹਨ, ਮਰਦਾਂ ਦੇ ਕਿਹੜੇ ਗਹਿਣੇ ਹਨ, ਇਹ ਸਾਰਾ ਕੁਝ ਤੁਸੀਂ ਗਹਿਣਿਆਂ ਵਿੱਚ ਪੜ੍ਹਨਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੇਲੇ, ਜਿਵੇਂ ਕਿ ਛਪਾਰ ਦਾ ਮੇਲਾ ਜੋ ਕਿ ਛਪਾਰ ਲੁਧਿਆਣਾ, ਪੀਰ ਗੁੱਗੇ ਦੀ ਪੂਜਾ ਹੁੰਦੀ ਹੈ ਉੱਥੇ। ਨੰਬਰ 2 ਜਗਰਾਵਾਂ ਦੀ ਰੋਸ਼ਨੀ ਜੋ ਕਿ ਜਗਰਾਉਂ ਲੁਧਿਆਣਾ ਵਿੱਚ ਲੱਗਦਾ ਹੈ, ਸੂਫੀ ਕਾਦਰ ਅਬਦੁਲ ਜਲਾਨੀ ਜੀਆਂ ਦਾ ਇਹ ਮੇਲਾ ਲੱਗਦਾ ਹੈ। ਨੰਬਰ 3 ਜਰਗ ਦਾ ਮੇਲਾ ਜੋ ਕਿ ਜਰਗ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਹੈ, ਇੱਥੇ ਸ਼ੀਤਲਾ ਮਾਤਾ ਜੀ ਦੀ ਪੂਜਾ ਕੀਤੀ ਜਾਂਦੀ ਹੈ, ਇਸ ਨੂੰ ਬਾਸੜੀਏ ਦਾ ਮੇਲਾ ਵੀ ਕਿਹਾ ਜਾਂਦਾ ਹੈ। ਹੈਦਰ ਸ਼ੇਖ ਦਾ ਮੇਲਾ ਨੰਬਰ 4 ਹੈਦਰ ਸ਼ੇਖ ਦਾ ਮੇਲਾ ਜੋ ਕਿ ਮਲੇਰਕੋਟਲਾ ਵਿੱਚ ਲੱਗਦਾ ਹੈ। ਨੰਬਰ 5 ਸਖੀ ਸਰਬਰ ਦਾ ਮੇਲਾ, ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਮੁਕਤਸਰ ਦਾ ਮਾਘੀ ਦਾ ਮੇਲਾ, ਛਪਾਰ ਦਾ ਮੇਲਾ, ਜਰਗ ਦਾ ਮੇਲਾ, ਮਾਘੀ ਦਾ ਮੇਲਾ ਅਤੇ ਵਿਸਾਖੀ ਦਾ ਮੇਲਾ, ਇਹ ਤੁਹਾਨੂੰ ਮੇਨ ਹਨ ਜੀ ਜੋ ਤੁਸੀਂ ਪੜ੍ਹਨੇ ਹਨ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਪੰਜਾਬ ਦੇ ਪ੍ਰਮੁੱਖ ਤਿਉਹਾਰ, ਜਿਵੇਂ ਤੀਆਂ, ਰੱਖੜੀ, ਦਿਵਾਲੀ, ਦੁਸਹਿਰਾ, ਲੋਹੜੀ, ਬਸੰਤ ਪੰਚਮੀ। ਪੰਜਾਬ ਦੇ ਲੋਕ ਸਾਜ ਨੋਟ ਕਰ ਲਓ ਜੀ ਅਲਗੋਜਾ, ਚਿਮਟਾ, ਢੋਲ, ਢੋਲਕੀ, ਬੁਗਦੂ, ਤੂੰਬੀ, ਢੱਡ ਅਤੇ ਬੰਜਲੀ। ਫੁਲਕਾਰੀ ਦੀਆਂ ਕਿਸਮਾਂ ਨੋਟ ਕਰ ਲਓ ਜੀ ਜਿਵੇਂ ਚੌਪ, ਸੁੱਬਰ, ਤਿਲ ਪੱਤਰਾ, ਨੀਲਕ, ਘੁੰਗਟ ਬਾਗ ਅਤੇ ਸ਼ਮਾਸ਼, ਇਹ ਸਾਰੀਆਂ ਫੁਲਕਾਰੀ ਦੀਆਂ ਕਿਸਮਾਂ ਹਨ ਜੀ। ਇੱਕ ਵਾਰ ਫਿਰ ਸੁਣ ਲਓ ਜੀ ਚੌਪ, ਸੁੱਬਰ, ਤਿਲ ਪੱਤਰਾ, ਨੀਲਕ, ਘੁੰਗਟ ਬਾਗ ਅਤੇ ਸ਼ਮਾਸ਼। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਸਭ ਦੇ ਬਾਰੇ ਡਿਟੇਲ 'ਚ ਜਾਣਕਾਰੀ ਤੁਹਾਨੂੰ ਮਿਲੇ ਤਾਂ ਕਮੈਂਟ ਬਾਕਸ ਵਿੱਚ ਦੱਸ ਦੇਣਾ, ਤਾਂ ਆਪਾਂ ਇਹਦੇ ਬਾਰੇ
एक डिटेल च वीडियो भी बना दूंगी जी, तां कि तुहानू इहदे बारे पूरी जानकारी मिल सके। अगे नोट कर लो जी, जो तुसी पढ़ना है, ब्याह दियां किस्मां, कोमल कलावां, पंजाब दियां लोक खेडां, बहम भरम, रीति रिवाज, जादू टूने, लोक नाच जिवें भंगड़ा, गिद्धा, झूमर, शम्मी, लुड्डी, किकली अते लोक साज। हुण आपां तुहानू कित्थों पढ़ना है वह भी दस दईए जी, जो तुहानू पुस्तक नज़र आ रही है लोक कला अते सभ्याचार मुढ़ली जाण पछाण, जो कि डॉक्टर जी सिंह जोशी जियां दी किताब है, अते एक किताब पंजाबी यूनिवर्सिटी पटियाला वालों पबलिश है जी। तुसीं इहदे तों सारा कुछ पढ़ सकते हो, जो कि सभ्याचार बारे विस्तार विच जानकारी दिंदा है। आस करदे हां जी तुहानू अपनी अज दी जानकारी वधिया लगी होवेगी। अपने चैनल नू जेकर तुसीं हाले तक सबसक्राइब नहीं कीता तां चैनल नू सबसक्राइब अते नाल दित्ती हुई बैल आइकन दी घंटी नू दबा देना जी, तां कि आउण वाली हर एक वीडियो दा नोटिफिकेशन तुहाडे तक पहुँच सके। वीडियो जेकर वधिया लगी तां वीडियो नू लाइक अते वध तों शेयर करना जी। आपां अगली वीडियो विच कुछ नवां लैके तुहाडे सामने आवांगे जी। ਧੰਨਵਾਦ ਜੀ।